फर्नीचर मार्केट अग लग गई जी। ये तस्वीर तुम साफ तौर पर चंडीगढ़ फर्नीचर मार्केट की देख सकते हो, जिथे पुलिस प्रशासन मिला के फाइव ग्रेड की गड्डियां अग बुझाने की कोशिश कर रही है। जो बचा हुआ समान है ਉਹਨੂੰ ਆਪਣਾ ਬਾਹਰ ਕੱਢ ਰਹੇ ਨੇ। ਜੋ ਨੇੜੇ ਚੜੀ ਦੁਕਾਨਾਂ ਨੇ ਉਹਨਾਂ ਵਿੱਚ ਜੋ ਬਚਿਆ ਹੋਇਆ ਸਮਾਨ ਹੈ ਉਹਨਾਂ ਨੂੰ ਬਾਹਰ ਕੱਢ ਰਹੇ ਨੇ। ਇਸ ਵਕਤ ਅਸੀਂ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਦੇ ਵਿੱਚ ਖੜੇ ਹਾਂ, ਜਿੱਥੇ ਹੋਈ ਹੋਣੀ ਅੱਗ ਲੱਗਣ ਨਾਲ ਤਕਰੀਬਨ 10-15 ਦੁਕਾਨਾਂ ਵਿੱਚ ਅੱਗ ਲੱਗ ਕੇ ਭਾਰੀ ਨੁਕਸਾਨ ਹੋ ਗਿਆ ਹੈ। ਤਸਵੀਰਾਂ ਸਾਫ ਤੌਰ 'ਤੇ ਦੇਖ ਸਕਦੇ ਹੋ ਕਿ ਭਾਰੀ ਨੁਕਸਾਨ ਹੋ ਗਿਆ ਔਰ ਇਸ ਤੋਂ ਇਲਾਵਾ ਅੱਗ ਪਿੱਛੇ ਬਹੁਤ ਹੀ ਜ਼ਿਆਦਾ ਵੱਧਦੀ ਜਾ ਰਹੀ ਹੈ। ਤਸਵੀਰਾਂ ਦੇਖ ਸਕਦੇ ਹੋ ਕਿ ਅੱਗ ਬਹੁਤ ਵੱਧਦੀ ਜਾ ਰਹੀ ਹੈ ਔਰ ਇਸ ਤਰਫ ਜੋ ਬਚਿਆ ਹੋਇਆ ਸਮਾਨ ਹੈ ਔਰ ਬਾਹਰ ਕੱਢਿਆ ਜਾ ਰਿਹਾ ਹੈ। ਤਸਵੀਰਾਂ ਤੁਹਾਡੇ ਸਾਹਮਣੇ ਹੈ ਕਿ ਜੋ ਬਚਿਆ ਹੋਇਆ ਸਮਾਨ ਹੈ ਉਹ ਸਾਹਮਣੇ ਬਾਹਰ ਕੱਢਿਆ ਜਾ ਰਿਹਾ ਹੈ। ਇਸ ਵਕਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਚੰਡੀਗੜ੍ਹ ਫਰਨੀਚਰ ਮਾਰਕੀਟ ਦੇ ਵਿੱਚ ਤਕਰੀਬਨ 10-15 ਦੁਕਾਨਾਂ ਦੇ ਵਿੱਚ ਤਕਰੀਬਨ ਇਹ ਅੱਗ ਲੱਗੀ ਹੈ। ਕਾਰਪੇਟ ਦੇ ਨਾਲ ਹੋਰ ਜੋ ਮਹਿੰਗਾ ਭਾਅ ਦਾ ਫਰਨੀਚਰ ਸੀ ਉਹ ਸਭ ਨੂੰ ਅੱਗ ਲੱਗੀ ਹੈ। ਤਸਵੀਰਾਂ ਸਾਫ ਤੌਰ 'ਤੇ ਦੇਖ ਸਕਦੇ ਹੋ ਔਰ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਜੋ ਬਚਿਆ ਹੋਇਆ ਫਰਨੀਚਰ ਉਹ ਬਾਹਰ ਕੱਢਿਆ ਜਾ ਰਿਹਾ ਹੈ। ਮਹਿੰਗੇ ਭਾਅ ਦੇ ਕਾਰਪੇਟ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਕਾਰਪੇਟ ਸੀ, ਸਾਰਿਆਂ ਨੂੰ ਅੱਗ ਲੱਗ ਚੁੱਕੀ ਔਰ ਇਸ ਤੋਂ ਇਲਾਵਾ ਅੱਗ ਅੱਗੇ ਵੱਧਦੀ ਜਾ ਰਹੀ ਹੈ। ਤਸਵੀਰਾਂ ਸਾਫ ਤੌਰ 'ਤੇ ਦੇਖ ਸਕਦੇ ਹੋ ਕਿ ਅੱਗ ਅੱਗੇ ਵੱਧਦੀ ਜਾ ਰਹੀ ਹੈ। ਇਹ ਜੋ ਅੱਗੇ ਅੱਗੇ ਵੱਧਦੀ ਜਾ ਰਹੀ ਹੈ ਤਸਵੀਰਾਂ ਤੁਸੀਂ ਸਾਫ ਤੌਰ 'ਤੇ ਦੇਖ ਸਕਦੇ ਹੋ ਕਿ ਜੋ ਅੱਗ ਹੈ ਕਈ ਦੁਕਾਨਾਂ ਨੂੰ ਆਪਣੇ ਲਪੇਟ ਵਿੱਚ ਲੈ ਚੁੱਕੀ ਹੈ। ਤਕਰੀਬਨ ਦੇਖ ਸਕਦੇ ਹੋ ਕਿ ਕਾਫੀ ਸਮੇਂ ਤੋਂ ਜੋ ਅੱਗ ਬੁਝਾਉਣ ਦੇ ਕਰਮਚਾਰੀ ਨੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅੱਗ ਹਜੇ ਕਾਬੂ ਵਿੱਚ ਨਹੀਂ ਆ ਰਹੀ। ਤਸਵੀਰਾਂ ਦੇਖ ਸਕਦੇ ਹੋ ਅੱਗ ਇੱਥੇ ਅੱਗ ਲੱਗ ਰਹੀ ਹੈ। ਤੁਹਾਡੇ ਵਾਸਤੇ ਕੀ ਕੀਤਾ ਜਾਣਾ ਚਾਹੀਦਾ? ਕਈ ਵਾਰੀ ਲਿਖੇ ਦੇ ਚੁੱਕੇ ਹਾਂ ਵੀ ਸਾਨੂੰ ਅੱਗੇ ਕੋਈ ਜਗ੍ਹਾ ਦਿੱਤੀ ਜਾਵੇ ਤਾਂ ਜੋ ਆਪਾਂ ਕਿਤੇ ਟਾਈਮ ਪਾਸ ਕਰਕੇ ਬੱਚੇ ਪਾਸ ਕਰਕੇ ਲੋਕਾਂ ਪਰ। ਬਾਰ ਬਾਰ ਪਿਛਲੀ ਵਾਰੀ ਕਿੰਨਾ ਨੁਕਸਾਨ ਹੋਇਆ ਸੀ ਤੁਹਾਡਾ? ਪਿਛਲੀ ਵਾਰ ਤਾਂ ਤੁਸੀਂ ਦੇਣਾ ਛੱਡ ਗਏ। ਅੱਛਾ, ਤਾਂ ਤਾਂ ਇਹ ਵੀ ਥੋੜਾ ਬਚਾਅ ਹੋ ਗਿਆ, ਦਿਨ ਕਰਕੇ ਬਚਾਅ ਹੋ ਗਿਆ। 10-15 ਦੇ ਕਰੀਬ ਕਈ ਦੋਰ ਨਾਲ ਆਏ ਤੇ ਕਈ ਸਰ ਕਿੰਨਾ ਕੁ ਮਾਲ ਨੁਕਸਾਨ ਲੱਗਦਾ ਹੈ ਕਿ ਜਿਸ ਤਰੀਕੇ ਨਾਲ? 7 ਲੱਖਾਂ ਵਿੱਚ ਭਾਜੀ। ਹਾਂਜੀ, ਲੱਖਾਂ ਵਿੱਚ ਨੁਕਸਾਨ, ਘੱਟੋ ਘੱਟ 15 ਦੁਕਾਨਾਂ ਹੋਣਗੀਆਂ ਜਿਸ ਅੱਗ ਲੱਗੀ ਹੈ। ਇਹ ਤਾਂ ਕਰੋੜਾਂ ਦਾ ਨੁਕਸਾਨ ਆ ਭਾਜੀ, ਕਰੋੜਾਂ ਦਾ ਨੁਕਸਾਨ ਹੈ। ਕੁਲਵੀਰ ਸਿੰਘ ਭਾਜੀ ਬ੍ਰਿਜ, ਇਹ ਅੱਗ ਕਿਸ ਤਰੀਕੇ ਲੱਗੀ ਕੁਝ ਪਤਾ ਚੱਲਿਆ? ਪਤਾ ਨਹੀਂ ਲੱਗਿਆ ਹੈਗਾ। ਇਹ ਅੱਗ ਲੱਗੀ ਪਿੱਛੇ ਬੈਕ ਸਾਈਡ, ਬੈਕ ਸਾਈਡ ਦੀ ਦੁਕਾਨ ਤੋਂ ਲੱਗੀ ਹੈ। ਉਸ ਤੋਂ ਬਾਅਦ ਜਦੋਂ ਅੱਗ ਲੱਗੀ ਇੱਕਦਮ ਫਿਰ ਗੱਡੀਆਂ ਆ ਗਈਆਂ, ਫਾਇਰ ਬ੍ਰਿਗੇਡ ਦੀਆਂ ਆ ਰਹੀਆਂ ਗੱਡੀਆਂ ਤਾਂ ਗੱਡੀਆਂ ਨੂੰ ਪਤਾ ਸਾਹਮਣੇ ਪਾਣੀ ਆਂਦੀ ਹੁਣ ਤੱਕ। ਜੀ ਜੀ ਜੀ। ਔਰ ਉਸ ਤੋਂ ਬਾਅਦ ਗੱਲ ਕਰੀਏ ਫਿਰ ਅੱਗ ਵੱਧਦੀ ਗਈ, ਸਮਾਨ ਕੱਢਣਾ ਸ਼ੁਰੂ ਨਹੀਂ ਕੀਤਾ? ਕੱਢਿਆ ਕਿਸੇ ਜਾਂਦਾ ਜੀ ਅੱਗ ਦੇ ਵਿੱਚ ਸਮਾਨ ਵੀ ਕਾਫੀ ਸੀ ਵਿੱਚ, ਕਹਿੰਦੇ ਸਮਾਨ ਭਰਿਆ ਪਿਆ ਸਾਰੀ ਦੁਕਾਨਾਂ ਭਰਿਆ, ਗੋਦਾਮ ਕਾਫੀ ਵੱਡੇ ਵੱਡੇ ਸੀ ਨਾ।